नमस्कार, आप देख रहे हैं इंडिया क्राइम न्यूज 24। जिला गुरदासपुर के बटाला में विगत दिनों शिवसेना नेता के भाई मुकेश नैयर को सरेआम गला रेत कर किए गए कत्ल की गुत्थी पंजाब पुलिस के लिए जहां पहेली बनी हुई है, वहीं पंजाब पुलिस द्वारा पंजाब में विगत दिनों से शिवसेना नेताओं के ऊपर हो रहे हमलों पर अपनी साख को बचाने के चलते बटाला के शिवसेना नेता के भाई मुकेश नैयर के कत्ल को अवैध संबंधों की बात कहकर केस को दबाने का प्रयास किया जा रहा है। यह कहना है मृतक के परिजन एवं मोहल्ला निवासियों का, जिस पर भंडारी मोहल्ला के समूह मोहल्ला निवासियों एवं मृतक की पत्नी द्वारा मृतक मुकेश नैयर के कत्ल पर झूठी एवं मनगढ़ंत बातें बनाकर उनकी एवं उनके परिजन की छवि को धूमिल करने के चलते पंजाब पुलिस के खिलाफ रोष प्रदर्शन के साथ जमकर भड़ास निकाली। जहां मोहल्ला निवासियों द्वारा मृतक मुकेश नैयर को एक सामाजिक कार्यकर्ता, हमेशा ही गरीबों की मदद करने के लिए आगे रहने वाले एवं एक मिलनसार इंसान बताया जा रहा है, वहीं मृतक की पत्नी द्वारा उनके पति की छवि धूमिल करने एवं मनगढ़ंत अफवाहें फैलाने पर पंजाब पुलिस को जहां चिताया, वहीं मृतक की पत्नी द्वारा इंसाफ ना मिलने पर एसएसपी कार्यालय के समक्ष आत्मदाह करने की बात तक कही। मैं यही कहना चाहनी हां, पाजी बहुत चंगे बंदे हीगे, उन्होंने नैयर पाजी काला भाजी बहुत चंगे हीगे, महल्ले च एहो जी कोई गलबात नहीं जिदा अंजाम लाते पे उन्होंने, एह जी कोई नहीं गल हैगी, मत इन्ने चंगे ही गरीबा की मदद करते हीगे कि साडा मत मेरी साड़ी दोनों भैन का विह किया, मेरे डैडी पूरे हो गए, उन्होंने इन्ना काम किया, मतलब सारा किया सारा, मतलब बहुत चंगे बंदे। मैं यही कहना चाहनी हाँ भी इन्हों सत सत सजा मिले, बहुत वधिया सी एहो जी कोई गल बात जी कहना गल कर संबंध बारे बारे की कहना चाहते असि यही कहने की नजायज फायदा क्यों उठाया इस गल का, कोई एहोजा है ही नहीं सी कोई गलबात, कभी किसी ने माड़ी चंगी उन्हें की नहीं, अपना काम ना कभी वाफर बोले ना कभी किसी का दरवाजा खड़काया उन्हें। ਜਿਹੜੇ ਮੁਕੇਸ਼ ਨੈਯਰ ਜੀ ਦੇ ਇਲਜ਼ਾਮ ਲੱਗੇ ਆ ਨਜਾਇਜ਼ ਸਬੰਧ ਜਾਂ ਕੋਈ ਧੀ ਭੈਣ ਨਸ਼ੇੜ ਛੜਿਆ ਇਹੋ ਜਿਹਾ ਕੋਈ ਕਾਰਡ ਹੈਗਾ ਮਿਲੇ ਜਣਾ ਮੇਰੀ ਗੁੜੀਆ ਨੇ 2 ਸਾਲ ਇਹਨਾਂ ਕੋ ਕੰਮ ਕੀਤਾ ਪਾਲਣ ਦੇ ਉੱਤੇ, ਠੀਕ ਹੈ 10 ਸਾਲ ਹੋ ਗਏ ਸਾਡੇ ਨਾਲ ਵਾਹ ਪਿਆ ਰੋਟੀ ਪਾਣੀ ਇਕੱਠਾ ਖਾਣਾ ਬਹਿਣਾ ਇਹੋ ਜਿਹੀ ਕੋਈ ਗੱਲਬਾਤ ਨਹੀਂ, ਕਿਉਂ ਅਸੀਂ ਵੀ ਔਰਤਾਂ ਉਹ ਵੀ ਆਦਮੀ ਸੀ ਸਾਡੇ ਘਰ ਬਹਿੰਦੇ ਸੀ ਸਾਡਾ ਆਦਮੀ ਵੀ ਕੋਲ ਸੀ, ਇਹੋ ਜਿਹੀ ਕੋਈ ਗੱਲਬਾਤ ਨਹੀਂ। ਜਿਹੜਾ ਮੁਕੇਸ਼ ਨੈਯਰ ਦੇ ਜਿਹੜੇ ਕਾਤਲ ਆ ਜਿਹਨਾਂ ਇਲਜ਼ਾਮ ਲਗਾਇਆ ਕਿ ਉਹਨੇ ਨਜਾਇਜ਼ ਸਬੰਧ ਸੀ, ਤੁਸੀਂ ਅੱਜ ਇਹ ਨੈਯਰ ਪਰਿਵਾਰ ਦੇ ਹੱਕ 'ਚ ਆਏ ਹੋ, ਹਾਂਜੀ ਬਿਲਕੁਲ, ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਬਿਆਨਾਂ ਨਾਲ? ਦੇਖੋ ਜੀ, ਜਿਹੜੇ ਨੈਯਰ ਪਰਿਵਾਰ ਜਾਂ ਨੈਯਰ ਸਾਹਿਬ ਸੀ ਉਹ ਸਾਡੇ ਬੜੇ ਕਰੀਬੀ ਸੀ, ਸਾਡੇ ਗਲੀ ਦੇ ਮੇਨ ਬੰਦੇ ਸੀ, ਉਹਨਾਂ ਦਾ ਨਾਲ ਕੋਈ ਇਹੋ ਜਿਹਾ ਨਹੀਂ ਤਾਲੁਕਾਤ ਜਿਹੜਾ ਇਹ ਹਵਾ ਫਲਾਈਆਂ ਜਾ ਰਹੀਆਂ ਵੀ ਉਹਨਾਂ ਦੇ ਕਿਸੇ ਦੇ ਨਾਲ ਨਜਾਇਜ਼ ਸੰਬੰਧ ਸੀ, ਉਹਨਾਂ ਨਾਲ ਦਾ ਬੰਦਾ ਸਾਡੇ ਮੁਹੱਲੇ 'ਚ ਕੋਈ ਨਹੀਂ ਸੀ ਹੈਗਾ, ਉਹ ਦੀਨ ਦੁਖੀਆਂ ਦੇ ਨਾਲ ਖਲੋਣ ਵਾਲੇ ਬੰਦੇ ਸੀ, ਸਾਰੇ ਮੁਹੱਲੇ ਨੂੰ ਪਤਾ ਹੈ ਇਹ ਸਾਰਾ ਮੁਹੱਲਾ ਨਾਲ ਖਲੋਤਾ ਦਾ, ਹਰ ਮੁਹੱਲੇ ਵਾਲੇ ਦੀ ਕਿਸੇ ਦੀ ਉਹਨੇ ਹੈਲਪ ਹੀ ਕੀਤੀ ਹੋਏਗੀ, ਕਿਸੇ ਨਾਲ ਮਾੜਾ ਨਹੀਂ ਕੀਤਾ ਹੋਏਗਾ। ਤੇ ਜਿਹੜੇ ਮੁੰਡੇ ਦੋ ਫੜੇ ਗਏ ਆ, ਹਾਂਜੀ ਹਾਂਜੀ, ਉਹਨਾਂ 'ਚੋਂ ਕਿਹਨਾਂ ਤੁਹਾਡਾ ਕੀ ਰਿਸ਼ਤਾ? ਜਿਹੜਾ ਕਰਨ ਕੁਮਾਰ ਉਰਫ ਬਿੱਲਾ ਫੜਿਆ ਗਿਆ ਜੀ, ਉਹਦਾ ਮੈਂ ਮਾਮਾ ਵਾ ਜੀ, ਮਾਮਾ। ਹਾਂ, ਤੇ ਅੱਜ ਮੈਂ ਇਹਨਾਂ ਦੇ ਘਰ ਵਾਲਿਆਂ ਦੀ ਸਪੋਰਟ 'ਤੇ ਇਹਨਾਂ ਦੇ ਨਾਲ ਖੜਾ ਜੀ। ਅੱਛਾ, ਨਾਮ ਕੀ ਤੁਹਾਡਾ? ਨਰਿੰਦਰ ਕੁਮਾਰ ਜੀ। ਇਹ ਰਹਿੰਦੇ ਕਿੱਥੇ ਤੁਸੀਂ? ਮੈਂ ਭੰਡਾਰੀ ਮੁਹੱਲੇ ਇੱਥੋਂ ਦੇ ਰਹਿਣ ਵਾਲਾ। ਅੱਛਾ, ਲੋਕਲ? ਹਾਂਜੀ। ਇਹਨਾਂ ਦੀ ਕੋਈ ਪਹਿਲੀ ਆਪਸੀ ਰੰਜਿਸ਼ ਹੈਗੀ? ਕੋਈ ਰੰਜਿਸ਼ ਨਹੀਂ, ਕੋਈ ਗੱਲ ਨਹੀਂ, ਜਿਹੜੀਆਂ ਫਾਵਾਂ ਫਲਾਈਆਂ ਜਾ ਰਹੀਆਂ ਬਿਲਕੁਲ ਝੂਠੀਆਂ ਜੇ, ਇਹ ਹੁਣ ਜਿਹੜੇ ਮੁਜਰਮ ਫੜੇ ਗਏ ਨੇ ਜਾਂ ਜਿਹੜੇ ਬੰਦੇ ਫੜੇ ਗਏ ਨੇ ਉਹ ਹੀ ਦੱਸ ਸਕਦੇ ਨੇ ਵੀ ਅਸੀਂ ਕਿਸ ਵਜ੍ਹਾ ਕਾਰਨ ਇਹ ਕੰਮ ਕੀਤਾ, ਬਾਕੀ ਜਿਹੜੀਆਂ ਫਾਵਾਂ ਫਲਾਈਆਂ ਜਾ ਰਹੀਆਂ ਵੀ ਨਜਾਇਜ਼ ਬੰਦਾਂ ਦੇ ਭੈਣ ਨੂੰ ਛੇੜਿਆ, ਮਾਂ ਨੂੰ ਛੇੜਿਆ, ਕੋਈ ਕਿਸੇ ਨੂੰ ਨਹੀਂ ਇਹ ਛੇੜਿਆ, ਸਾਡੀਆਂ ਧੀਆਂ ਭੈਣਾਂ ਇੱਥੇ ਰਹਿੰਦੀਆਂ, ਸਾਰਿਆਂ ਦੀਆਂ ਰਹਿੰਦੀਆਂ, ਸਾਰਾ ਮੁਹੱਲਾ ਖੜਾ ਜੇ, ਸਾਰਾ ਮੁਹੱਲਾ ਗਵਾਹੀ ਭਰੇਗਾ ਇਸ ਚੀਜ਼ ਦਾ ਵੀ ਉਹ ਬਹੁਤ ਹੀ ਇਮਾਨਦਾਰ ਔਰ ਸ਼ਰੀਫ ਬੰਦੇ ਸੀ। ਮੈਂ ਮੁਕੇਸ਼ ਨੈਯਰ ਦੀ ਵਾਈਫ। ਹਾਂਜੀ ਹਾਂਜੀ ਹਾਂਜੀ। ਅਤੇ ਜਿਹੜਾ ਤੁਹਾਡੇ ਉਹਨਾਂ 'ਤੇ ਇਲਜ਼ਾਮ ਲੱਗਾ ਨਜਾਇਜ਼ ਸਬੰਧਾਂ ਬਾਰੇ, ਉਹਦੇ ਵਾਸਤੇ ਵੀ ਇਹ ਸਭ ਕੁਝ ਝੂਠ ਹੈ। ਮੈਂ ਪੁਲਿਸ ਨੂੰ ਇੱਕ ਹਫ਼ਤੇ ਦਾ ਟਾਈਮ ਦਿੱਤਾ ਸੀ, ਉਹਦੇ ਵਿੱਚ ਇਹ ਪੁਲਿਸ ਕੇਸ ਨੂੰ ਦਬਾਣ ਮਾਰਿਆ ਇਹ ਇਹੋ ਜਿਹੀਆਂ ਇਲਜ਼ਾਮਬਾਜ਼ੀਆਂ ਕਰ ਰਹੇ ਆ ਕਿ ਇਹ ਕੇਸ ਇੱਥੇ ਦੱਬਿਆ ਜਾਏ, ਪਰ ਮੈਂ ਡਰਨ ਵਾਲਿਆਂ 'ਚੋਂ ਨਹੀਂ ਹਾਂ। ਮੈਂ ਕਹਿ ਦਿੱਤਾ ਕਿ ਅਗਰ ਮੇਰੇ ਹਸਬੈਂਡ 'ਤੇ ਕੋਈ ਬਲੇਮਬਾਜ਼ੀ ਇਸ ਤੋਂ ਬਾਅਦ ਹੋਈ ਤੇ ਮੈਂ ਸੜਕ ਤੇ ਆਵਾਂਗੀ, ਆਪਣੇ ਮੁਹੱਲੇ ਨੂੰ ਨਾਲ ਲੈ ਕੇ, ਮੈਂ ਆਪਣੇ ਰਿਲੇਟਿਵਸ ਨੂੰ ਨਾਲ ਲੈ ਕੇ ਮੈਂ ਐਸਐਸਪੀ ਦੇ ਦਫ਼ਤਰ ਦੇ ਬਾਅਦ ਸੁਸਾਈਡ ਕਰਾਂਗੀ। ਇਹ ਮੇਰਾ ਉਦਣ ਵੀ ਇਹੀ ਗੱਲ ਸੀ, ਮੈਂ ਅੱਜ ਵੀ ਇਹੀ ਗੱਲ ਕਰਾਂਗੀ।
जे पुलिस चाहती है कि हाँ भाई कुछ नहीं होएगा इन्होंने मैं करके दसांगी क्योंकि मेरी लाइफ तो अगे ही बर्बाद है। गलत बयानबाजी जिहड़ी है यह कर रही है पुलिस एक सिर्फ केस क्लोज करन दी गल। मेरी मंग यह है कि अगर इन्होंने कुछ ना किया तो मैं उपर तो उपर तक जाके मैं इहदी इनकुआरी करावांगी CBI तो मैं अपनी मंग करांगी हाँ बई कि मेरा केस शुरू तो इन्वेस्टिगेट किया जाए। बटाला से इंडिया क्राइम न्यूज 24 के लिए रमन कुमार के साथ नरेश संगोत्रा की रिपोर्ट।